ਮਨਦੀਪ ਗੋੜ ਦੀ ਕਹਾਣੀ ਦੁੱਲੇ ਬੇਰ ਦਾ ਬਾਕੀ ਦਾ ਹਿੱਸਾ ਤਲੀਆਂ ਵਿੱਚ ਵੱਜੀਆਂ ਡਾਂਗਾਂ ਕਾਰਨ ਹਰੀ ਦੇ ਦੋਵੇਂ ਪੈਰ ਸੁੱਜ ਚੁੱਕੇ ਸਨ ਤੇ ਗਿੱਟੇ ਦਾ ਮਾਸ ਪਾੜ ਚੁੱਕਾ ਸੀ ਗੁਰੀ ਦੀ ਉਂਗਲ ਵਿੱਚ ਤਾਰ ਡੂੰਗੀ ਖੁਬਰ ਨਾਲ ਜ਼ਖਮ ਹੋ ਚੁੱਕਾ ਸੀ ਤੇ ਲਹੂ ਦੀ ਖਲਿਪੜੀ ਜੰਮ ਗਈ ਸੀ ਉਂਗਲੀ ਬਿਲਕੁਲ ਨੀਲੀ ਪੈ ਗਈ ਸੀ ਤੇ ਟਸ ਟਸ ਕਰ ਰਹੀ ਸੀ ਅਣਗਿਣਤ ਠੇਡੇ ਠੋਕਰਾਂ ਕ ਸੁਣ ਤੇ ਝਟਕੇ ਪੈਣ ਕਾਰਨ ਦੋਮੰਦਾ ਪੀੜ ਨਾਲ ਪੂਰਾ ਹਾਲ ਸੀ ਥਾਣੇ ਦਾ ਸੰਤਰੀ ਸਦਾਨੰਦ ਉਹਨਾਂ ਨੂੰ ਹੌਲੀ-ਹੌਲੀ ਤੋਰ ਕੇ ਲੈ ਜਾਂਦਾ ਹੋਇਆ ਸਾਹਮਣੇ ਬਣੀ ਹਵਾਲਾ ਤੰਦਰ ਬੰਦ ਕਰ ਆਇਆ ਬਾਰੋਂ ਤਾਲਾ ਮਾਰਨ ਉਪਰੰਤ ਉਹ ਦੁਬਾਰਾ ਆ ਕੇ ਇੱਕ ਲਫਾਫਾ ਦੇ ਗਿਆ ਜਿਸ ਵਿੱਚ ਕੁਝ ਪਾਟੀਆਂ ਲੀਰਾਂ ਮਾਲਿਸ਼ ਵਾਲੀ ਮਲਮ ਜ਼ਖਮਾਂ ਤੇ ਲਾਉਣ ਵਾਲੀ ਕਰੀਮ ਦਰਦ ਵਾਲੀਆਂ ਝੋਟੇ ਕੁੱਟ ਗੋਲੀਆਂ ਦਾ ਪੱਤਾ ਤੇ ਕੁਝ ਰੂਹ ਸੀ ਉਹ ਬੋਲਿਆ ਵੇਖੋ ਛੋਟੇ ਵੀਰ ਸਾਡੀ ਤੁਹਾਡੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਨੇ ਅਸੀਂ ਤਾਂ ਸਿਰਫ ਆਪਦੀ ਡਿਊਟੀ ਕਰ ਰਹੇ ਹਾਂ ਤੁਸੀਂ ਸਾਨੂੰ ਸਹਿਯੋਗ ਕਰੋ ਕਿਉਂ ਕਿਸੇ ਬੇਗਾਨੇ ਪਿੱਛੇ ਆਪਣੇ ਆਪ ਨੂੰ ਕਸ਼ਟ ਦਿੰਦੇ ਹੋ ਜੋ ਐਸਐਚਓ ਸਾਹਿਬ ਪੁੱਛ ਰਹੇ ਹਨ ਸੱਚ-ਸੱਚ ਦੱਸ ਦਿਓ ਸਾਹਮਣੇ ਪਏ ਬਿਸਤਰਿਆਂ 'ਚੋਂ ਦੋ ਤਿੰਨ ਸਾਫ਼ ਜੇ ਛਾਂਟ ਕੇ ਹੀਟਾਂ ਬਚਾ ਲਓ ਦਵਾਈ ਵਾਲਾ ਲਫਾਫਾ ਲੁਕੋ ਕੇ ਰੱਖਣਾ ਇਹੋ ਤੁਹਾਡੇ ਇਸ ਬੁਰੇ ਵਕਤ ਦਾ ਸਭ ਤੋਂ ਵੱਡਾ ਸਹਾਰਾ ਹੈ ਜੋ ਤੁਹਾਨੂੰ ਸਬੂਤੇ ਘਰਾਂ ਤੱਕ ਵਾਪਸ ਪਹੁੰਚਾ ਸਕਦਾ ਹੈ ਵਰਨਾ ਕੋਈ ਨਹੀਂ ਕਹਿ ਸਕਦਾ ਕਿ ਥਾਣੇ ਵਾਲਾ ਰਾਹ ਆਉਣ ਵਾਲੇ ਸਮੇਂ ਵਿੱਚ ਉਹਨੂੰ ਕਿੱਧਰ ਲੈ ਕੇ ਜਾਓ ਵਾਪਸ ਆਪਦੇ ਘਰ ਅੰਦਰ ਵਾਲੇ بڑے ਘਰ ਜਾਂ ਫੇਰ ਉੱਪਰ ਰੱਬ ਦੇ ਘਰ ਗੁਰੀ ਹੋਰਾਂ ਨੂੰ ਤਾਂ ਜਿਵੇਂ ਸੰਤਰੀ ਦੀ ਗੱਲ ਸੁਣ ਕੇ ਸਾਪ ਹੀ ਸੁੰਘ ਗਿਆ ਸੀ ਉਹ ਪੰਜਾਬ ਅੰਦਰ ਵਾਪਰ ਰਹੇ ਬੇਰਹਿਮੀ ਦੀ ਇੰਤਿਹਾ ਦੇ ਇਸ ਮਾੜੇ ਦੌਰ ਤੋਂ ਪੂਰੀ ਤਰ੍ਹਾਂ ਵਕਫ ਪੜੇ ਲਿਖੇ ਨੌਜਵਾਨ ਸਨ ਉਹਨਾਂ ਦੇ ਸੁਪਨੇ ਤੇ ਚੰਗੀਆਂ ਉਮੀਦਾਂ ਇਹਨਾਂ ਅਣਸੁਖਾਂਵੇਂ ਹਾਲਾਤਾਂ ਦੌਰਾਨ ਵੀ ਬਰਕਰਾਰ ਸਨ ਲੇਕਿਨ ਸੱਚੇ ਤੇ ਨਿਰਦੋਸ਼ ਹੋਣ ਦੇ ਬਾਵਜੂਦ ਮਿਲਣ ਵਾਲੀਆਂ ਨਾ ਘੋਰ ਯਾਤਨਾਵਾਂ ਨੇ ਉਹਨਾਂ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਸੀ ਉਹਨਾਂ ਦੀ ਜ਼ਮੀਰ ਨੂੰ ਛਲਨੀ ਕਰ ਛੱਡਿਆ ਸੀ ਆਪਣੇ ਘਰ ਵਾਲਿਆਂ ਦੀ ਹਾਲਤ ਬਾਰੇ ਸੋਚ ਕੇ ਉਹਨਾਂ ਦੀ ਸੁੱਖ ਸਾਂਦ ਦੀ ਅਰਦਾਸਾਂ ਮੰਗਦੇ ਆ ਕਦੋਂ ਉਹਨਾਂ ਨੂੰ ਨੀਂਦ ਨੇ ਘੇਰ ਲਿਆ ਪਤਾ ਹੀ ਨਹੀਂ ਲੱਗਾ ਅਗਲੀ ਸਵੇਰ ਪਾਇਲ ਕੋਤਵਾਲੀ ਚ ਪੂਰੀ ਚੁੱਪੀ ਛਾਈ ਹੋਈ ਸੀ ਤੇ ਸਿਰਫ ਚਿੜੀਆਂ ਦੇ ਚਹਿਚਹਾਉਣ ਦਾ ਸ਼ੋਰ ਸੁਣਾਈ ਦੇ ਰਿਹਾ ਸੀ ਗੁਰੀ ਹੋਰਾਂ ਦਾ ਸਾਰਾ ਸਰੀਰ ਅੱਕੜਨ ਨਾਲ ਕੱਸਿਆ ਪਿਆ ਸੀ ਛੋਟੂ ਨੇਪਾਲੀ ਪਲਾਸਟਿਕ ਦੇ ਸੜੇ ਜਿਹੇ ਗਲਾਸਾਂ 'ਚ ਉਹਨਾਂ ਨੂੰ ਚਾਹ ਪਲਾ ਗਿਆ ਸੀ ਐਸ ਐਚਓ ਦਫ਼ਤਰ ਅੰਦਰ ਗੂੰਜਦੀ ਫੋਨ ਦੀ ਘੰਟੀ ਸਾਰੇ ਥਾਣੇ 'ਚ ਸੁਣਾਈ ਦੇ ਰਹੀ ਸੀ ਕੁਝ ਪਲਾਂ ਬਾਅਦ ਮਿੰਦੀ ਦੀ ਫੋਨ ਉੱਤੇ ਦੋ ਵਾਰ ਜੀ ਜਨਾਬ ਜੀ ਜਨਾਬ ਕਹਿਣ ਦੀ ਆਵਾਜ਼ ਆਈ ਤੇ ਉਹਨੇ ਰਤੀਰਾਮ ਨੂੰ ਹਾਕ ਮਾਰੀ ਛੇਤੀ ਮੁੰਸ਼ੀ ਨੇ ਸਾਰਾ ਥਾਣਾ ਇਕੱਠਾ ਕੀਤਾ ਤੇ ਮੁਲਾਜ਼ਮਾਂ ਨਾਲ ਖੁਸਰ-ਪੁਸਰ ਜੀ ਕਰਨ ਲੱਗਾ ਕੁਝ ਦੇਰ ਬਾਅਦ ਦੋ ਸਰਕਾਰੀ ਗੱਡੀਆਂ ਥਾਣੇ ਦੇ ਖੁੱਲੇ ਆਹਾਤੇ ਅੰਦਰ ਆ ਕੇ ਰੁਕੀਆਂ ਤੇ ਇੱਕ ਐਸਪੀ ਰੈਂਕ ਦਾ ਅਫਸਰ ਹੇਠਾਂ ਉਤਰਦਾ ਵਿਖਾਈ ਦਿੱਤਾ ਮਿੰਦੀ ਨੇ ਕੋਲ ਜਾ ਕੇ ਗੱਡਵਾਂ ਸਲੂਟ ਠੋਕਿਆ ਤੇ ਦਹਾੜਿਆ ਓਏ ਨਵਾ ਤੋ ਆ ਕੇ ਛੇਤੀ ਵਟਣਾ ਮળો ਦੋਆਂ ਦੇ ਅੱਜ ਕੱਢਣਾ ਇਹਨਾਂ ਦੇ ਅੰਦਰ ਦਾ ਗਾਮਾ ਤੇ ਦੇਵੀ ਗੁਰੀ ਤੇ ਹਰੀ ਦੀ ਧੜਕਨ ਤੇਜ਼ ਹੋ ਗਈ ਸੀ ਦੋਵਾਂ ਨੂੰ ਹਵਾਲਾਤ ਵਿੱਚੋਂ ਕੱਢ ਕੇ ਰਿਮਾਂਡ ਰੂਮ 'ਚ ਲਜਾਇਆ ਗਿਆ ਇੱਕ ਮੁਲਾਜ਼ਮ ਦੋ ਪਾਣੀ ਨਾਲ ਭਰੀਆਂ ਬਾਲਟੀਆਂ ਲੈ ਆਇਆ ਬੰਨੀ ਹੋਈ ਚਿੱਟੀ ਦਾੜੀ ਵਾਲਾ ਐਸਪੀ ਉਹਨਾਂ ਦੇ ਸਹਰਾਣੇ ਖੜ ਗਿਆ ਤੇ ਆਪਣੀ ਪਤਲੀ ਜੀ ਆਵਾਜ਼ 'ਚ ਗਾਲਾਂ ਕੱਢਦਾ ਗੁਰੀ ਹੋਰਾਂ ਨੂੰ ਬੋਲਿਆ ਹੁਣ ਤੁਸੀਂ ਸਾਡੇ ਪੁਲਿਸ ਵਾਲਿਆਂ ਦੇ ਜਵਾਕ ਮਾਰੋਗੇ ਉਹਦੇ ਆਖਣ ਦੀ ਦੇਰ ਸੀ ਕਿ ਫਿਰ ਤਾਂ ਮਹਿੰਦੀ ਤੇ ਰੰਗੇ ਸਮੇਤ ਸਾਰਾ ਥਾਣਾ ਹੀ ਉਹਨਾਂ ਨੂੰ ਟੁੱਟ ਕੇ ਪੈ ਗਿਆ ਬੇਰਹਿਮ ਰੰਗੇ ਨੇ ਦੋਵਾਂ ਦੇ ਸਿਰ ਵਾਰੀ-ਵਾਰੀ ਪਾਣੀ ਦੀ ਬਾਲਟੀ ਅੰਦਰ ਡੁਬੋਏ ਫਿਰ ਉਹਨਾਂ ਨੂੰ ਪਾਣੀ 'ਚ ਭਿਉਂ ਕੇ ਰੱਖੇ ਪਟੇ ਨਾਲ ਅੰਨੇਵਾ ਘੁੱਟਿਆ ਗਿਆ ਗੁਰੀ ਤੇ ਹਰੀ ਬੁਰੀ ਤਰ੍ਹਾਂ ਹਫਰੇ ਸਨ ਤੇ ਉਹਨਾਂ ਦਾ ਕਲੇਜਾ ਮੂੰਹ ਨੂੰ ਆਇਆ ਪਿਆ ਸੀ ਐਨ ਐਚ ਹਰੀ ਐਸ ਪੀ ਦੇ ਗੋਡਿਆਂ ਨੂੰ ਲਿਫਟ ਦਾ ਬੋਲਿਆ ਕਿ ਉਹ ਕੋਈ ਗਾਮਾ ਤੇ ਦੇਵੀ ਨਹੀਂ ਬਲਕਿ ਹਰਦੇਵ ਤੇ ਗੁਰਨਾਮ ਹਨ ਐਸ ਪੀ ਪੈਰਾਂ ਨੂੰ ਝਟਕਦਾ ਬੋਲਿਆ ਦੇਖੋ ਜਵਾਨੋ ਤੁਹਾਡੇ ਨਾਮ ਜੋ ਵੀ ਹੋਣ ਆਪ ਦੇ ਗ੍ਰੋਹ ਦੇ ਦੋਸ਼ੀ ਬੰਦਿਆਂ ਨੂੰ ਗ੍ਰਿਫਤਾਰ ਕਰਾ ਦਿਓ ਤਾਂ ਸ਼ਾਇਦ ਤੁਹਾਡੀ ਜਾਨ ਬਚ ਸਕਦੀ ਹੈ ਵਰਨਾ ਜੇ ਤੁਸੀਂ ਮਹਿਕਮੇ ਨੂੰ ਸਹਿਯੋਗ ਕਰੋ ਤੇ ਕਤਲ ਲਈ ਜ਼ਿੰਮੇਵਾਰ ਬੰਦਿਆਂ ਖਿਲਾਫ ਗਵਾਹ ਬਣ ਜਾਓ ਤਾਂ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਤੁਹਾਨੂੰ ਅਦਾਲਤ ਵੱਲੋਂ ਘੱਟ ਤੋਂ ਘੱਟ ਸਜ਼ਾ ਹੋਵੇ ਨਹੀਂ ਤਾਂ ਹੁਣ ਤੱਕ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮਹਿਕਮਾ ਕੀ ਕੀ ਕਰ ਸਕਦਾ ਐ ਐਸਪੀ ਨੂੰ ਕੁਝ ਨਰਮ ਜਿਹਾ ਪੈਂਦਿਆਂ ਵੇਖ ਕੇ ਮਿੰਦੀ ਕੈਟ ਗੁੱਸੇ ਨਾਲ ਲਾਲ ਹੋ ਗਿਆ ਤੇ ਆਖਣ ਲੱਗਾ ਫਿਕਰ ਨਾ ਕਰੋ ਜਨਾਬ ਜਦੋਂ ਇਹਨਾਂ ਦੇ ਨੌ ਪਾਲਿਸ਼ ਲਗਾ ਲਗਾ ਕੇ ਜਾਗੋ ਕੱਢੀ ਤਾਂ ਇਹ ਸਭ ਕੁਝ ਤੋਤੇ ਵਾਂਗੂ ਰਟਣ ਲੱਗ ਪੈਣਗੇ ਤੁਸੀਂ ਜ਼ਰਾ 5 ਮਿੰਟ ਕੁਰਸੀ ਤੇ ਆਰਾਮ ਫਰਮਾਓ ਤੇ ਬਹਿ ਕੇ ਲੇਡੀ ਸੰਗੀਤ ਵੇਖੋ ਇਹ ਆ ਕੇ ਉਹਨੇ ਆਦਤ ਅਨੁਸਾਰ ਤਿੰਨ ਚਾਰ ਦਾਖਾਂ ਮੂੰਹ ਅੰਦਰ ਛੁੱਟੀਆਂ ਤੇ ਚਬਾਉਂਦਾ ਹੋਇਆ ਗੁਰੀਵਲ ਖੁਰਨ ਲੱਗ ਪਿਆ ਰੰਗੇ ਨੇ ਸਾਹਮਣੇ ਬਣੀ ਅਲਮਾਰੀ 'ਚ ਇੱਕ ਮੇਖਾਂ ਪੁੱਟਣ ਵਾਲਾ ਜਮੂਰ ਤੇ ਇੱਕ ਚਰਖੀ ਜੀ ਕੱਢੀ ਚਰਖੜੀ ਨਾਲ ਇੱਕ ਲੰਮੀ ਬਿਜਲੀ ਦੀ ਤਾਰ ਤੇ ਕੁਝ ਚਿਮਟੀਆਂ ਲਟਕ ਰਹੀਆਂ ਸਨ ਗੁਰੀ ਦੀਆਂ ਲੱਤਾਂ ਇੱਕ ਲੱਕੜ ਦੀ ਕੁਰਸੀ ਦੇ ਪਾਵਿਆਂ ਨਾਲ ਤੇ ਬਾਹਾਂ ਕੁਰਸੀ ਦੇ ਪਿਛਲੇ ਪਾਸੇ ਪਿੱਠ ਨਾਲ ਬੰਨ੍ਹ ਦਿੱਤੀਆਂ ਗਈਆਂ ਮਿੰਦੀ ਨੇ ਆਪਦਾ ਬੂਟ ਉਹਦੇ ਪੰਜੇ ਉੱਪਰ ਰੱਖ ਕੇ ਵਜ਼ਨ ਪਾਇਆ ਤਾਂ ਰੰਗੇ ਨੇ ਜਮੂਰ ਨਾਲ ਉਹਦੇ ਅੰਗੂਠੇ ਦਾ ਨੌ ਮਰੋੜ ਕੇ ਝਟਕੇ 'ਚ ਬਾਹਰ ਖਿੱਚ ਲਿਆ। ਪੀੜ ਨਾਲ কুরਲਾਉਂਦੇ ਗੁਰੂ ਦੇ ਮੂੰਹ ਵਿੱਚ ਪਿੱਛੋਂ ਇੱਕ ਸਪਾਈ ਨੇ ਕੱਪੜਾ ਠੋਸ ਦਿੱਤਾ। ਉਹਦੀਆਂ ਡੇਲੀਆਂ ਬਾਹਰ ਆ ਗਈਆਂ ਤੇ ਮੂੰਹ ਵਾਲਾ ਕੱਪੜਾ ਹੰਝੂ ਚੋਚੋ ਕੇ ਬਿਲਕੁਲ ਭਿੱਜ ਗਿਆ। ਮਿੰਦੀ ਹਰੀ ਵਾਲ ਇਸ਼ਾਰਾ ਕਰਦਾ ਚੀਕਿਆ ਅਸਰਬਾਲੇ ਦੀ ਵੀ ਕਰੋ ਕੁਝ ਸੇਵਾ। ਕੱਢੋ ਜਾਗੋ ਸਲੇ ਦੀ। ਹਰੀ ਨੂੰ ਇੱਕ ਲੱਕੜ ਦੀ ਟੁੱਟੀ ਜੀ ਕੁਰਸੀ ਨਾਲ ਬੰਨ ਕੇ ਉਹਦੇ ਦੰਦਾਂ ਵਿੱਚ ਘਾਰ ਕੱਪੜਾ ਤੁੰਨ ਦਿੱਤਾ ਗਿਆ। ਉਹਦੇ ਕੰਨਾਂ ਉੱਪਰ ਤਾਰਾਂ ਦੀਆਂ ਚਿਮਟੀਆਂ ਲਗਾ ਦਿੱਤੀਆਂ ਗਈਆਂ। ਚਰਖੜੀ ਦੀ ਤਾਰ ਦਾ ਪਲੱਗ ਬਿਜਲੀ ਦੇ ਸਵਿੱਚ ਅੰਦਰ ਫਸਾ ਕੇ ਸਵਿੱਚ ਛੱਡ ਦਿੱਤੀ ਗਈ। ਜਿਉਂ ਹੀ ਰੰਗੇ ਨੇ ਚਰਖੀ ਦਾ ਹੈਂਡਲ ਘੁਮਾਉਣਾ ਸ਼ੁਰੂ ਕੀਤਾ ਤਾਂ ਹਰੀ ਨੂੰ ਕਰੰਟ ਦੇ ਜ਼ੋਰਦਾਰ ਝਟਕੇ ਵੱਜਣ ਲੱਗੇ ਤੇ ਕੰਨ ਨੀਲੇ ਪੈ ਗਏ। ਉਹਦੇ ਚਿਹਰੇ ਦਾ ਰੰਗ ਇੱਕਦਮ ਪੀਲਾ ਪੈ ਗਿਆ ਤੇ ਉਹ ਤੜਫਦਾ ਹੋਇਆ ਹਾਂਜ ਸਿਰ ਹਿਲਾਉਣ ਲੱਗਾ। ਗੁਰੀ ਨੇ ਉਸ ਵੱਲ ਹੈਰਾਨੀ ਨਾਲ ਵੇਖਿਆ ਸਰਾਣੇ ਖੜਾ ਮਿੰਦੀ ਮੁਸਕਰਾਉਂਦਾ ਬੋਲਿਆ ਚਲੋ ਸਰਵਾਲਾ ਮੰਨ ਗਿਆ ਤਾਂ ਲੜਾ ਵੀ ਛੇਤੀ ਮੰਨ ਜਾਓ ਐਸਪੀ ਨੇ ਹਰੀ ਦੇ ਮੂੰਹ ਚੋਂ ਕਪੜਾ ਕਢਵਾਇਆ ਤਾਂ ਔਖੇ ਔਖੇ ਸਾਹ ਲੈਂਦਾ ਕਹਿਣ ਲੱਗਾ ਸਰ ਤੁਸੀਂ ਜੋ ਵੀ ਅਖਵਾਣਾ ਚਾਹੋ ਜਿਸ ਮਰਜ਼ੀ ਕਾਗਜ਼ ਉੱਤੇ ਦਸਖਤ ਕਰਵਾਣਾ ਚਾਹੋ ਕਰਵਾ ਲਓ ਪਰ ਇਹ ਬੇਰਹਿਮੀ ਬੰਦ ਕਰੋ ਐਸਪੀ ਪਿੱਪਲ ਸਿੰਘ ਅੱਖ ਦਾ ਇਸ਼ਾਰਾ ਮਾਰ ਕੇ ਐਸਐਚਓ ਨੂੰ ਉਹਦੇ ਦਫ਼ਤਰ ਲੈ ਗਿਆ ਤੇ ਆਖਣ ਲੱਗਾ ਕੀ ਲੱਗਦਾ ਮਹਿੰਦਰ ਸਿੰਘਾਂ ਮੁੰਡੇ ਵਾਕਈ ਇਸ ਕਤਲ ਚ ਸ਼ਾਮਲ ਸਨ ਜਾਂ ਸਿਰਫ ਮਾਰ ਤੋਂ ਬਚਣ ਲਈ ਕੇਸ ਨੂੰ ਆਪਦੇ ਸਿਰ ਲੈਣ ਵਾਸਤੇ ਤਿਆਰ ਹੈ ਅੱਗੋ ਮਿੰਦੀ ਨੇ ਪੂਰੀ ਤਲਖੀ ਨਾਲ ਜਵਾਬ ਦਿੱਤਾ ਜਨਾਬ ਬਹੁਤ ਗੁੱਝੇ ਹੁੰਦੇ ਹਨ ਇਹ ਖੜਕੂ ਤੁਹਾਡਾ ਭਾਂਜਾ ਇਹਨਾਂ ਦੀ ਜਥੇਬੰਦੀ ਨਹੀਂ ਹੀ ਮਾਰਿਆ ਇਹ ਤਾਂ ਦੂਜਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੁਸੀਂ ਦਿਗੰਬਰ ਸਾਹਿਬ ਨਾਲ ਗੱਲ ਕਰੋ ਅੱਜ ਰਾਤ ਹੀ ਇਹਨਾਂ ਦੀ ਡੋਲੀ ਵਿਦਾ ਕਰ ਦਿੰਨੇ ਆ ਕਮ ਸੇ ਕਮ ਦੂਜਿਆਂ ਨੂੰ ਤਾਂ ਸਬਕ ਮਿਲੂ ਨਹੀਂ ਤਾਂ ਪਤਾ ਨਹੀਂ ਕਿੰਨੇ ਇੱਕ ਹੋਰ ਅਫਸਰਾਂ ਦੇ ਨਿਆਣੇ ਮਾਰੇ ਜਾਣਗੇ ਇਨਾਤਵਾਦੀਆਂ ਹੱਥੋਂ ਐਸਪੀ ਨੇ ਸਹਿਮਤੀ ਨਾਲ ਸਿਰ ਹਿਲਾਇਆ ਤੇ ਵਾਇਰਲੈਸ ਆਪਰੇਟਰ ਨੂੰ ਸੱਦਣ ਦੀ ਹਦਾਇਤ ਕੀਤੀ ਗੁਰਨਾਮ ਤੇ ਹਰਦੇਵ ਨੂੰ ਅੱਧ ਬੇਹੋਸ਼ੀ ਦੀ ਹਾਲਤ ਵਿੱਚ ਝੁੱਕ ਕੇ ਹਵਾਲਾਤ ਸੁੱਟ ਦਿੱਤਾ ਗਿਆ ਰਾਤੀ ਛੋਟੂ ਗੋਰਖਾ ਰੋਟੀ ਦੇ ਗਿਆ ਸੀ ਲੇਕਿਨ ਅੱਜ ਇੱਕ ਬੁਰਕੀ ਵੀ ਉਹਨਾਂ ਦੇ ਸੰਗ ਤੋਂ ਹੇਠਾਂ ਨਹੀਂ ਉਤਰ ਰਹੀ ਸੀ ਸਰੀਰਕ ਸਥਿਤੀ ਵਿਗੜਨ ਕਾਰਨ ਹਲਕ ਸੁੱਕ ਰਿਹਾ ਸੀ ਛੋਟੂ ਭਾਂਡੇ ਲੈਣ ਆਇਆ ਤਾਂ ਪਤਾ ਨਹੀਂ ਕੀ ਸੋਚ ਕੇ ਪਲਟਿਆ ਤੇ ਪੁੱਛ ਬੈਠਾ ਬਾਈ ਕਿਹੜਾ ਪਿੰਡ ਹੈ ਤੁਹਾਡਾ ਜਵਾਬ ਦੇਣ ਦੀ ਹਾਲਤ ਵਿੱਚ ਨਾ ਹੋਣ ਦੇ ਬਾਵਜੂਦ ਗੁਰੀ ਦੇ ਮੂੰਹੋਂ ਰਾਮਪੁਰ ਨਿਕਲ ਆਇਆ ਛੋਟੂ ਬੋਲਿਆ ਰਾਮਪੁਰ ਇਹ ਤਾਂ ਸਾਡੇ ਲਾਂਗਰੀ ਪ੍ਰੇਮ ਲਾਲ ਦਾ ਪਿੰਡ ਹੈ ਉਹੀ ਉਹ ਜੋ ਨਹਿਰ ਦੇ ਪੁਲ ਕੋਲ ਹੈ ਉਤਸੁਕਤਾ ਵਸ ਦੋਹਾਂ ਨੇ ਸਿਰ ਹਿਲਾਇਆ ਤੇ ਛੋਟੂ ਨੂੰ ਆਪਦੇ ਲਾਂਗਰੀ ਨਾਲ ਮਿਲਵਾਉਣ ਦੀ ਮਿੰਨਤ ਕਰਨ ਲੱਗੇ ਥਾਣੇ ਦੇ ਲੰਗਰ 'ਚ ਜਾ ਕੇ ਨੇਪਾਲੀ ਨੇ ਪ੍ਰੇਮ ਲਾਲ ਨੂੰ ਉਹਦੇ ਪਿੰਡੋ ਵਾਲੇ ਮੁੰਡਿਆਂ ਬਾਰੇ ਦੱਸਿਆ ਤਾਂ ਉਹਨੇ ਝਿੜ ਕੇ ਛੋਟੂ ਨੂੰ ਚੁਪ ਕਰਾਤਾ ਤੇ ਆਪਾਂ ਕੀ ਲੈਣਾ ਹੈ ਆਪਣੀ ਤਾਂ ਰੋਜ਼ੀ ਰੋਟੀ ਨਾ ਥਾਣੇ ਵਾਲਿਆਂ ਨਾਲ ਹੀ ਹੈ ਕਹਿ ਕੇ ਉਹਨੂੰ ਕਿਸੇ ਹੋਰ ਅੱਗੇ ਗੱਲ ਕਰਨ ਤੋਂ ਵਰਜਿਆ। ਪ੍ਰੇਮ ਦੇ ਪਿਤਾ ਉੱਪਰ ਰਤਨ ਨੰਬਰਦਾਰ ਦੇ ਕਈ ਐਹਸਾਨ ਸਨ। ਗੁਰਜੀ ਦਾ ਪਾਪਾ ਹਰਸ਼ਾਮ ਸਿੰਘ ਤੇ ਪ੍ਰੇਮ ਲਾਲ ਪੁਰਾਣੇ ਜਮਾਤੀ ਸਨ। ਪ੍ਰੇਮ ਕਈ ਵਾਰੀ ਰੋਟੀ ਖਾ ਕੇ ਥਾਣੇ ਦੇ ਖੁੱਲੇ ਹੱਥੇ ਅੰਦਰ ਗੇੜੀ ਕੱਢਣ ਲੱਗ ਪੈਂਦਾ ਸੀ। ਅੱਜ ਉਹ ਤੋਂ ਰਿਹਾ ਨੰਗਿਆ। ਤਾਂ ਉਹ ਬਹਾਨੇ ਨਾਲ ਦੋ ਕੁ ਗੇੜੇ ਕੱਢ ਕੇ ਹਵਾਲਾ ਤੰਦਰ ਗੁਰੀ ਹੋਰਾਂ ਦੇ ਹੋਣ ਦੀ ਤਸਦੀਕ ਵੀ ਕਰ ਆਇਆ। ਪਿੰਡੋ ਰਤਨ ਸਿੰਘ ਦੇ ਪੋਤਿਆਂ ਦੇ ਗੁੰਮਸ਼ੁਦਾ ਹੋਣ ਦੀ ਖਬਰ ਕੱਲ ਹੀ ਉਹਨੇ ਕਰਿਆਣੇ ਵਾਲੇ ਦੀ ਦੁਕਾਨ ਤੇ ਮਿਲੇ ਡਾਕੀ ਹਸਮੁਖ ਦੇ ਮੂੰਹ ਸੁਣੀ ਸੀ। ਪ੍ਰੇਮ ਦਾ ਮਨ ਰਹਿ ਰਹਿ ਕੇ ਕਿਸੇ ਅਣਹੋਣੀ ਦੀ ਅਸ਼ੰਕਾ ਨਾਲ ਭਰ ਰਿਹਾ ਸੀ। ਉਹਦੇ ਵੇਖਦੇ ਵੇਖਦੇ ਮਿੰਦੀ ਕੈਟ ਨੇ ਤਿੰਨ ਚਾਰ ਜਵਾਨ ਮੁੰਡਿਆਂ ਦਾ ਪੁਲਿਸ ਮੁਕਾਬਲਾ ਬਣਾਇਆ ਸੀ। ਉਹਨੇ ਗੁਰੂ ਸਾਹਿਬ ਦੀ ਫੋਟੋ ਅੱਗੇ ਖਲੋ ਕੇ ਮੁੰਡਿਆਂ ਦੀ ਸੁੱਖਾਂਤ ਲਈ ਅਰਜ਼ੋਈ ਕੀਤੀ ਤੇ ਫਿਰ ਬਿਸਤਰੇ ਤੇ ਲੇਟ ਗਿਆ। ਤੜਕੇ 6 ਵਜੇ ਹੀ ਪ੍ਰੇਮ ਲਾਂਗਰੀ ਮੁੰਸ਼ੀ ਰਤੀ ਰਾਤ ਨੂੰ ਅਬ ਦੀ ਛੋਟੀ ਪੋਤੀ ਦੀ ਬਿਮਾਰੀ ਦਾ ਬਹਾਨਾ ਲਗਾ ਕੇ 3 ਘੰਟੇ ਵਾਸਤੇ ਪਿੰਡ ਨੂੰ ਨਿਕਲ ਗਿਆ ਆਪਣੇ 24 ਇੰਚੀ ਸਾਈਕਲ ਦੇ ਪੈਡਲ ਬੜੀ ਤੇਜ਼ੀ ਨਾਲ ਮਾਰਦਾ ਉਹ ਸਿੱਧਾ ਰਤਨ ਸਿੰਘ ਦੇ ਦਰਾਂ ਮੂਹਰੇ ਰੁਕਿਆ ਉਹਨੇ ਅੰਦਰ ਜਾ ਕੇ ਰਤਨ ਨੰਬਰਦਾਰ ਨੂੰ ਮੁੰਡਿਆਂ ਦਾ ਥੋਪ ਪਤਾ ਬਿਆਨ ਕੀਤਾ ਤੇ ਮਿੰਦੀ ਕੈਟ ਦੇ ਇਰਾਦਿਆਂ ਬਾਰੇ ਸ਼ੰਕਾ ਜ਼ਾਹਰ ਕੀਤੀ ਸਾਰੀ ਗੱਲਬਾਤ ਸੁਣ ਕੇ ਸ਼ਾਮੀ ਨੇ ਰਤਨ ਸਿੰਘ ਡੀਜੀਪੀ ਦੇ ਰੀਡਰ ਆਪਦੇ ਰਿਸ਼ਤੇਦਾਰ ਬਲਦੇਵ ਸਿੰਘ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਸਵੇਰੇ 8 ਵਜੇ ਤੋਂ ਹੀ ਪਾਇਲ ਥਾਣੇ ਅੰਦਰ ਵਾਇਰਲੈਸ ਸੈਟਾਂ ਦੀਆਂ ਆਵਾਜ਼ਾਂ ਗੂੰਜਣ ਲੱਗ ਪਈਆਂ ਤੇ ਤਿੰਨ ਚਾਰ ਮੁਲਾਜ਼ਮਾਂ ਨਾਲ ਭਰੀਆਂ ਗੱਡੀਆਂ ਥਾਣੇ ਦੇ ਹਾਤੇ ਚਾਕੇ ਰੁਕੀਆਂ ਇੱਕ ਵੱਡੀ ਜੀਪ ਜਿਹਦੇ ਸ਼ੀਸ਼ੇ ਅੰਦਰੋਂ ਕਾਲੇ ਪਰਦੇ ਲੱਗੇ ਹੋਏ ਸਨ ਗੁਰੀ ਹੋਰਾਂ ਵਾਲੀ ਹਵਾਲਾਤ ਦੇ ਸਾਹਮਣੇ ਆ ਖੜੇ ਉਹਦੇ ਅੰਦਰੋਂ ਦੋ ਤਿੰਨ ਹੱਟੇ-ਕੱਟੇ ਮੁਲਾਜ਼ਮ ਨਿਕਲੇ ਰੰਗੇ ਨੇ ਹਵਾਲਾਤ ਦਾ ਜੰਦਾ ਖੋਲਿਆ ਤੇ ਅੰਦਰ ਵੜ ਕੇ ਦੋਹਾਂ ਨੂੰ ਗਲਮਿਓਂ ਫੜ ਕੇ ਖਿੱਚਿਆ ਉਹ ਇਹਨਾਂ ਨੂੰ ਬਾਰ ਕੱਟਦਾ ਹੋਇਆ ੱੱੱਕੇ ਮਾਰਦਾ ਜੀਪੇ ਵੱਲ ਜਾਣ ਲੱਗਾ ਹਰੀ ਬੋਲੇ ਅੰਕਲ ਜੀ ਸਾਨੂੰ ਜੁੱਤੀ ਤਾਂ ਪਾ ਲੈਣ ਦਿਓ ਇੱਕ ਪਾਸਿਓ ਬੜੀ ਤੇਜ਼ੀ ਨਾਲ ਮਿੰਦੀ ਪ੍ਰਗਟ ਹੋਇਆ ਤੇ ਉਹਦੇ ਲੱਕ ਤੇ ਲੱਤ ਮਾਰਦਾ ਬੋਲਿਆ ਜਿੱਥੇ ਅੱਜ ਤੁਹਾਨੂੰ ਲੈ ਕੇ ਚੱਲੇ ਆ ਉਥੇ ਤੁਹਾਨੂੰ ਕਦੀ ਵੀ ਜੁੱਤੀ ਦੀ ਲੋੜ ਨਹੀਂ ਪੈਣੀ ਪਰੋਣੇ ਹੋ ਇਹ ਆਖ ਕੇ ਉਹਨੇ ਤਿੰਨ ਚਾਰ ਦਾਖਾਂ ਪੈਂਟ ਦੀ ਜੇਬੋਂ ਕੱਢ ਮੂੰਹ 'ਚ ਸੁੱਟੀਆਂ ਤੇ ਠਹਾਕਾ ਮਾਰਦਾ ਆਖਣ ਲੱਗਾ ਅੱਜ ਤੁਹਾਡੀ ਡੋਲੀ ਨੂੰ ਮੈਂ ਹੀ ਹੱਥ ਲਾਉਣਾ ਹੈ ਤੇ ਉਸ ਮਰੰਡੇ ਵਾਲੇ ਐਸਚੋ ਦਾ ਰਿਕਾਰਡ ਤੋੜ ਛੱਡਣਾ। ਗੁਰੀ ਤੇ ਹਰੀ ਉਹਦੀ ਗੱਲ ਸੁਣ ਕੇ ਕੁਝ ਤੌਰ-ਪੌਰ ਜੇ ਹੋ ਗਏ ਤੇ ਇੱਕ ਸਪਾਈ ਨੇ ਫਟਾਫਟ ਉਹਨਾਂ ਨੂੰ ਜੀਪੇ ਅੰਦਰ ਧੱਕਾ ਦੇ ਕੇ ਪਿੱਛੋਂ ਤਾਕੀ ਬੰਦ ਕਰਤੀ। ਮਿੰਦੀ ਉੱਪਰੋਂ ਘੁੰਮ ਕੇ ਆਪਣੀ ਸਰਕਾਰੀ ਗੱਡੀ ਅੰਦਰ ਬੈਠਦਾ ਡਰਾਈਵਰ ਨੂੰ ਤੁਰੰਤ ਦਾ ਇਸ਼ਾਰਾ ਕਰਕੇ ਬੋਲਿਆ ਬਰਾਤ ਵਿਦਾ ਕਰੋ। ਸਾਰਾ ਕਾਰਵਾਨ ਜੀਟੀ ਰੋਡ ਤੋਂ ਲੰਘ ਰਿਹਾ ਸੀ। ਗੱਡੀਆਂ ਅੰਦਰਲੇ ਵਾਇਰਲੈਸ ਸੈੱਟ ਲਗਾਤਾਰ ਗੂੰਜ ਰਹੇ ਸਨ। ਉਧਰੋਂ ਆਵਾਜ਼ਾਂ ਆ ਰਹੀਆਂ ਸਨ ਤੇ ਇਧਰੋਂ ਆਪਰੇਟਰ ਜਵਾਬ ਦੇ ਰਹੇ ਸਨ ਦਰਾਹੇ ਵਾਲੇ ਪੁਲਾਂ ਤੇ ਪਹੁੰਚ ਕੇ ਸਾਰੀਆਂ ਗੱਡੀਆਂ ਨਹਿਰ ਦੇ ਨਾਲ-ਨਾਲ ਜਾਂਦੇ ਰਾਹ ਨੂੰ ਹੋ ਲਈਆਂ ਤੇ ਫਿਰ ਤੇਜ਼ੀ ਨਾਲ ਦੌੜਨ ਲੱਗ ਪਈਆਂ 10 ਕੁ ਮੀਲ ਸਿੱਧਾ ਜਾ ਕੇ ਗੱਡੀਆਂ ਇੱਕ ਥਾਂ 'ਤੇ ਰੁਕ ਗਈਆਂ ਗੁਰੀ ਤੇ ਹਰੀ ਦੇ ਚਿਹਰੇ ਤੇ ਕਾਲੇ ਜਿਹੇ ਥੈਲੇ ਚਾੜ੍ਹ ਦਿੱਤੇ ਗਏ ਉਹਨਾਂ ਦੇ ਸਰੀਰ ਤੇ ਸਲਾਬੇ ਹੋਈ ਕੰਬਲ ਲਪੇਟ ਦਿੱਤੇ ਗਏ ਤਾਂ ਕਿ ਨੇੜਿਓਂ ਗੋਲੀ ਮਾਰ ਕੇ ਝੂਠਾ ਮੁਕਾਬਲਾ ਬਣਾਉਣ ਦਾ ਕੋਈ ਸਬੂਤ ਨਜ਼ਰ ਨਾ ਆਏ ਉਹਨਾਂ ਨੂੰ ਫੜ ਕੇ ਲਿਜਾ ਕੇ ਨਹਿਰ ਦੇ ਕੰਢੇ ਉੱਗੀ ਘਾਹ ਉੱਤੇ ਗੋਡਿਆਂ ਪਰਨੇ ਬਿਠਾ ਦਿੱਤਾ ਗਿਆ ਉਹ ਬਿਲਕੁਲ ਸੁੰਨ ਜੇ ਹੋ ਕੇ ਸਿਰਫ ਆਵਾਜ਼ਾਂ ਸੁਣਨ ਦੀ ਕੋਸ਼ਿਸ਼ ਕਰ ਰਹੇ ਸਨ ਮਹਿੰਦੀ ਕੈਟ ਦਾ ਖਾਂ ਚੱਬਦਾ ਡੱਬ ਵਿੱਚੋਂ ਪਿਸਤੌਲ ਕੱਢ ਕੇ ਗੱਡੀਆਂੋਂ ਹੇਠਾਂ ਉਤਰਿਆ ਤੇ ਦੋਹਾਂ ਵੱਲ ਵਧਣ ਲੱਗਾ ਗੁਰੀ ਹੋਰਾਂ ਤੋਂ 5 ਕੁ ਕਦਮ ਹੋਰਾਂ ਉਹਨੇ ਪਿਸਤੌਲ ਹਲੇ ਲੋਡ ਹੀ ਕੀਤਾ ਸੀ ਕਿ ਗੱਡੀ ਅੰਦਰਲੇ ਵਾਇਰਲੈਸ ਸੈੱਟ ਵਿੱਚੋਂ ਅਲਫਾ 2 ਚਾਰਲੀ ਅਲਫਾ 2 ਚਾਰਲੀ ਦਾ ਸ਼ੋਰ ਗੂੰਜਣ ਲੱਗਾ। ਨਹਿਰ ਕਿਨਾਰੇ ਸ਼ਾਂਤ ਆਲਾ ਦਵਾਲਾ ਹੋਣ ਕਰ ਕਾਰਨ ਆਵਾਜ਼ਾਂ ਗੱਡੀਆਂ ਬਾਹਰ ਆ ਰਹੀਆਂ ਸਨ ਤੇ ਸਭ ਨੂੰ ਆਸਾਨੀ ਨਾਲ ਸੁਣਾਈ ਦੇ ਰਹੀਆਂ ਸਨ। ਆਪਰੇਟਰ ਨੇ ਅੰਦਰੋਂ ਜਨਾਬ ਡੀਜੀਪੀ ਹੈੱਡਕੁਆਰਟਰ ਤੋਂ ਹੈ ਤੁਹਾਨੂੰ ਪੁੱਛ ਰਹੇ ਹਨ ਕਿਹਾ ਮਿੰਦੀ ਵਾਪਸ ਮੁੜ ਗਿਆ ਤੇ ਰਿਸਿਵਰ ਫੜ ਕੇ ਗੱਲ ਕਰਦਾ ਹੋਇਆ ਜੋ ਹੁਕਮ ਜਨਾਬ ਜੋ ਹੁਕਮ ਜਨਾਬ ਬੋਲਿਆ ਰੀਸੀਵਰ ਵਾਪਸ ਆਪਰੇਟਰ ਨੂੰ ਪਕੜਾ ਕੇ ਉਹਨੇ ਸਭ ਨੂੰ ਹੱਥ ਦੀ ਉਂਗਲੀ ਖੜੀ ਕਰਕੇ ਹਵਾ 'ਚ ਘੇਰਾਜਾ ਬਣਾਉਂਦਿਆਂ ਵਾਪਸ ਚੱਲਣ ਦਾ ਸੰਕੇਤ ਕੀਤਾ ਸਿਰ ਨੂੰ ਦੋਵੇਂ ਪਾਸੇ ਹਿਲਾਉਂਦਿਆਂ ਬੋਲਿਆ ਚਲੋ ਏ ਕੁੜਮਾਨੇ ਸੰਧਾਰਾ ਭੇਜਿਆ ਚੱਲ ਕੇ ਮੂੰਹ ਕੌੜਾ ਕਰੀਏ ਰਸਤੇ 'ਚ ਵਾਪਸੀ ਦੌਰਾਨ ਗੱਡੀ ਅੰਦਰ ਬੈਠਾ ਸੰਤਰੀ ਸਦਾਨੰਦ ਗੁਰੀ ਹੋਰਾਂ ਨੂੰ ਬੋਲਿਆ ਕਾਕੇ ਪੁਲਿਸ ਨੂੰ ਵੀ ਕਈ ਵਾਰੀ ਭੁਲੇਖਾ ਲੱਗ ਜਾਂਦਾ ਹੈ ਆਖਰ ਪੁਲਿਸ ਮਹਿਕਮੇ ਅੰਦਰ ਵੀ ਤਾਂ ਬੰਦੇ ਹੀ ਕੰਮ ਕਰਦੇ ਆ ਚਲੋ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅੰਕਲ ਜੀ ਬਚਿਆ ਵੀ ਕੀ ਹੈ ਰੂਹ ਤੱਕ ਤਾਂ ਤੁਸੀਂ ਸਾਡੀ ਲਹੂ ਲਵਾਨ ਕਰ ਛੱਡੀ ਹਰੀ ਦੇ ਸੁੱਜੀ ਹੋਈ ਬੋਲਾਂ ਵਿੱਚੋਂ ਖਿਜ ਨਾਲ ਭਰੀ ਆਵਾਜ਼ ਸੁਣਾਈ ਦਿੱਤੀ ਧੰਨਵਾਦ